सानू हर पासों ध्यान नाल निकलना पवेगा। दुश्मन किते भी मिल सकता है।
ਬੰਦਾ ਜੀ ਜੱਥੇ ਸਮੇਤ ਹਿਸਾਰ ਦੇ ਨੇੜੇ ਬਾਂਗਰ ਪਿੰਡ ਪੁੱਜੇ। ਉਸ ਸਮੇਂ ਡਾਕਿਆਂ ਦੇ ਡਰ ਤੋਂ ਪਿੰਡ ਵਾਲੇ ਪਿੰਡ ਛੱਡ ਕੇ ਜਾਣ ਦੀਆਂ ਤਿਆਰੀਆਂ ਵਿੱਚ ਸਨ। ਬਾਬਾ ਜੀ ਨੇ ਪਿੰਡ ਵਾਲਿਆਂ ਨੂੰ ਹੌਸਲਾ ਦੇ ਕੇ ਸਿੰਘਾਂ ਨੂੰ ਡਾਕੂਆਂ ਨਾਲ ਮੁਕਾਬਲੇ ਲਈ ਤਿਆਰ